ਸੰਗਰੂਰ ਦੇ ਪਿੰਡ ਜਨਾਲ ਵਿੱਚ ਗ੍ਰਾਂਟ ਦੀ ਪ੍ਰਪੋਜ਼ਲ ਨੂੰ ਲੈ ਕੇ ਕਾਂਗਰਸੀ ਪੰਚਾਇਤ ਨੇ ਆਪਣੀ ਹੀ ਪਾਰਟੀ ਆਗੂਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਨ੍ਹਾਂ ਨੇ ਹਲਕਾ ਇੰਚਾਰਜ ਅਤੇ ਵਿਧਾਇਕ ਤੇ ਪੱਖਪਾਤੀ ਰਵੱਈਏ ਦਾ ਇਲਜ਼ਾਮ ਲਗਾਇਆ। ਸੂਬਾ ਸਰਕਾਰ ਵੱਲੋਂ ਹਰ ਹਲਕੇ ਨੂੰ 25 ਕਰੋੜ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਸੀ। ਹੁਣ ਇਸ ਗ੍ਰਾਂਟ ਬਾਰੇ ਕਾਂਗਰਸੀ ਆਗੂਆਂ ਵਿੱਚ ਖਿੱਚਤਾਣ ਸ਼ੁਰੂ ਹੋ ਗਈ ਹੈ। ਹਾਂਜੀ, ਬਹੁਤ ਮਦਭਾਗੀ ਘਟਨਾ ਤੇ ਬਹੁਤ ਵੱਡੀ ਨਲਾਇਕੀ ਹੈ ਸਾਡੇ ਹਲਕਾ ਇੰਚਾਰਜ ਦੀ ਤੇ MLA ਸੁਰਜੀਤ ਧਮਾਣ ਦੀ। ਅਸੀਂ ਤਾਂ ਬਹੁਤ ਸੁਲਝੇ ਹੋਏ ਲੀਡਰ ਸਮਝਦੇ ਸੀ ਕਿਉਂਕਿ 3 ਵਾਰ MLA ਜਿੱਤ ਚੁੱਕੇ ਨੇਗੇ। ਪਹਿਲੇ ਨੰਬਰ 'ਤੇ ਜਦੋਂ BDO ਮੈਡਮ ਦਾ ਫੋਨ ਆਇਆ ਸਾਨੂੰ, ਅਸੀਂ ਤਾਂ ਵੀ ਸਾਡੇ ਕੋਲ ਸਰਕਾਰ ਦੇ ਨੁਮਾਇੰਦੇ ਆ ਰਹੇ ਨੇ, ਉਹਨਾਂ ਦਾ ਵੈਲਕਮ ਕਰਨ ਵਾਸਤੇ ਸਾਰੀ ਪੰਚਾਇਤ, ਸਰਪੰਚ ਸਮੇਤ 9 ਚੋਂ 7 ਮੈਂਬਰ, ਮੈਂ ਖੁਦ ਆਪ, ਅਸੀਂ ਇਹਨਾਂ ਦਾ ਸਵਾਗਤ ਕਰਨ ਵਾਸਤੇ ਖੜੇ ਸੀਗੇ ਵੀ ਸਾਡੇ ਪਿੰਡ ਦੀ ਡਿਵੈਲਪ ਦੀ ਜਿੰਨੀ ਲੋੜ ਅਸੀਂ ਇਹਨਾਂ ਲਈ ਵੀ ਆਪਣੇ ਮੁੱਦੇ ਰੱਖਾਂਗੇ। ਪਰ ਇਹਨਾਂ ਨੇ ਸਾਡੇ ਜੋ 2 ਬਾਗੀ ਮੈਂਬਰ ਨੇ ਜਿਹੜੇ ਕਾਂਗਰਸੀ ਵੀ ਨਹੀਂ ਹੈਗੇ, ਉਹਨਾਂ ਕੋਲ ਜਾ ਕੇ ਪਿੰਡ ਦੇ ਵਿੱਚ ਉਹਦੀ ਪੈਦਲ ਮਾਰਚ ਉਰੇ ਤੱਕ ਆਏ, ਉਰੋਂ ਸਾਡੇ ਕੋਲ ਦੀ ਲੰਘੇ, ਸਾਰੀ ਪੰਚਾਇਤ ਉਹਨਾਂ ਦਾ ਵੈਲਕਮ ਕਰਨ ਵਾਸਤੇ ਖੜੀ ਹੈ। ਬਹੁਤ ਵੱਡੀ ਨਲਾਇਕੀ ਹੈ ਜੀ, ਬੇਵਕੂਫੀ ਉਹਨਾਂ ਦੀ। ਦੇਖੋ ਜੀ ਕਿ ਬਲਾਕ ਸੰਮਤੀ ਮੈਂਬਰ ਹੋਣ ਦੇ ਨਾਂ 'ਤੇ ਪਹਿਲਾਂ ਤਾਂ ਮੁੱਦਾ ਮੈਂ ਚੁੱਕੂੰਗਾ ਹਾਂ ਬਲਾਕ ਦੇ ਵਿੱਚ, ਫਿਰ ਉਸ ਤੋਂ ਬਾਅਦ ਹੁਣ ਜੇਕਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ, ਸਾਡੇ ਨੇੜੇ ਦੇ ਸਾਡੇ ਵਜ਼ੀਰ ਸ਼੍ਰੀ ਵਿਜੇਂਦਰ ਸਿੰਗਲਾ ਜੀ ਉਹਨਾਂ ਕੋਲ ਪਹੁੰਚ ਕਰਾਂਗੇ, ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਕੋਲ ਪਹੁੰਚ ਕਰਾਂਗੇ, ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਕਰਾਂਗੇ। ਅਸੀਂ ਆਹ ਗੱਲਾਂ ਦੇ ਉੱਤੋਂ ਸਰਕਾਰ ਤੋਂ ਨਾਰਾਜ਼ ਨਹੀਂ, ਕਿਉਂਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਦੂਰਦਰਸ਼ੀ ਸੋਚ ਹੈ, ਉਹਨਾਂ ਨੇ ਜਿੱਥੇ ਸਾਡੇ ਕਾਂਗਰਸ ਦੇ ਹਾਰੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਹਲਕਾ ਇੰਚਾਰਜਾਂ ਨੂੰ ਵੀ ਬਰਾਬਰ ਦਵਾਨ ਦਾ ਹਿੱਸਾ ਦਿੱਤਾ, 25-25 ਕਰੋੜ ਰੁਪਇਆ ਹਰ ਹਲਕੇ ਨੂੰ। ਉਹਨਾਂ ਨੇ ਤਾਂ ਪਿੰਡਾਂ ਬਾਰੇ ਬਹੁਤ ਬਹੁਤ ਵਧੀਆ ਸੋਚ ਸੋਚੀ ਹੈ ਵੀ ਜਿਹੜੇ ਪਿੰਡਾਂ ਨੂੰ ਡਿਵੈਲਪ ਦੀ ਲੋੜ ਹੈ, ਪਿੰਡਾਂ ਦੇ ਵਿੱਚ ਜਾਓ, ਸਮੱਸਿਆ ਸੁਣੋ, ਵੀ ਜਿਹੜੀ ਸਮੱਸਿਆ ਹੱਲ ਹੋਣ ਦੇ ਯੋਗ ਹੈ ਉਹਨੂੰ ਹੱਲ ਕਰੋ। ਅਸੀਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦਾ ਦਿਲੋਂ ਧੰਨਵਾਦ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਸਾਡੇ ਵਜ਼ੀਰ ਸ਼੍ਰੀ ਵਿਜੇਂਦਰ ਸਿੰਘ ਲਈ ਦਾ, ਪੰਜਾਬ ਪ੍ਰਧਾਨ ਸੁਨੀਲ ਜਾਖੜੀ ਦਾ, ਅਤੇ ਸਾਡੇ ਸਤਨਾਮ ਸੱਤਾ ਜੀ ਦਾ, ਜਿਹੜੇ ਕਾਂਗਰਸ ਪਾਰਟੀ ਨੂੰ ਬਚਾਉਣ ਲੱਗੇ ਹੋਏ ਨੇ ਡੁੱਬਦੀ ਨੂੰ ਦੜਬੇ ਹਲਕੇ 'ਚ। ਆਹ ਦੋਵੇਂ ਨੁਮਾਇੰਦੇ ਸੁਰਜੀਤ ਸਿੰਘ ਧਮਾਨ ਅਤੇ ਜੈਬ ਸਿੰਘ ਰਟੋਲ ਕਾਂਗਰਸ ਪਾਰਟੀ ਦਾ ਬੇੜਾ ਗਰਕ ਕਰਨ ਲੱਗੇ ਹੋਏ ਨੇ। ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਨੀਤੀ ਤਾਂ ਹੈ ਨਹੀਂ ਹੈ ਕਾਂਗਰਸ ਪਾਰਟੀ ਵਿੱਚ ਰਹਿਣ, ਆਹ ਤਾਂ ਆਪਦੀ ਆਉਣ ਵਾਲਾ ਰਾਹ ਪੱਧਰਾ ਕਰ ਰਹੇ ਨੇ ਪਾਰਟੀ ਨਾਲੋਂ ਨੁਮਾਇੰਦੇ ਤੋੜ ਕੇ। ਪਰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਪਾਰਟੀ ਨਹੀਂ ਛੱਡਣੀ, ਅਸੀਂ ਪਾਰਟੀ ਤੋਂ ਮੰਗ ਕਰਦੇ ਹਾਂ ਕਿ ਆਹ ਦੋਵੇਂ ਇਹੋ ਜਿਹੇ ਲੀਡਰਾਂ ਨੂੰ ਪਾਰਟੀ ਤੋਂ ਲਾਂਭੇ ਕੀਤਾ ਜਾਵੇ, ਕਿਤੇ ਉਹ ਟਾਈਮ ਨਾ ਹੋਵੇ ਮਹਾਰਾਜ ਸਾਹਿਬ ਕਿ ਆਪਾਂ ਨੂੰ ਬਹੁਤ ਦੇਰ ਹੋ ਜੇ। ਦਰਅਸਲ ਅਮਰਗੜ੍ਹ ਤੋਂ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਪਹਿਲਾਂ ਦਿੜਬਾ ਤੋਂ ਵਿਧਾਇਕ ਹੁੰਦੇ ਸਨ, ਪਰ ਰਿਜ਼ਰਵ ਸੀਟ ਹੋ ਜਾਣ ਕਰਕੇ ਉਹ ਅਮਰਗੜ੍ਹ ਭੇਜੇ ਗਏ ਸਨ ਤੇ ਦਿੜਬਾ ਹਲਕਾ ਮਾਸਟਰ ਅਜਾਇਬ ਸਿੰਘ ਰਟੋਲ ਨੂੰ ਸੌਂਪ ਦਿੱਤਾ ਗਿਆ, ਜਿਹੜੇ ਇੱਥੋਂ 2 ਵਾਰ ਚੋਣ ਹਾਰੇ ਸਨ। ਜਦੋਂ ਵਿਜੇ ਇੰਦਰ ਸਿੰਗਲਾ ਮੰਤਰੀ ਬਣੇ ਤੇ ਦਿੜਬਾ ਹਲਕਾ ਸਤਨਾਮ ਸਿੰਘ ਸੱਤਾ ਦੀ ਕਮਾਂਡ ਵਿੱਚ ਚੱਲਣ ਲੱਗਾ। ਸੱਤਾ ਗੁੱਟ ਮਜ਼ਬੂਤ ਹੁੰਦਾ ਵੇਖ ਰਟੋਲ ਅਤੇ ਧੀਮਾਨ ਗ੍ਰਾਂਟ ਨੂੰ ਲੈ ਕੇ ਆਵਾਜ਼ ਚੁੱਕਣ ਲੱਗ ਪਏ, ਜੋ ਮੌਜੂਦਾ ਆਗੂਆਂ ਨੂੰ ਪਸੰਦ ਨਹੀਂ ਆਇਆ ਤੇ ਇਹਨਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੋਲਸੀਆਂ ਦੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਗ੍ਰਾਂਟਾਂ ਜਿਹੜਾ ਦੇ ਰਿਹਾ, ਕਿਸ ਤਰ੍ਹਾਂ ਜਿਹੜਾ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਆਉਣ ਲੱਗ ਗਿਆ। ਦੇਖੋ, ਸਰਕਾਰ ਦੀ ਪੋਲਸੀ ਹੈ ਹਰ ਇੱਕ ਹਲਕੇ ਨੂੰ 25 ਕਰੋੜ ਰੁਪਏ ਸਰਕਾਰ ਨੇ ਦੇਣਾ ਹੈ ਵਿਕਾਸ ਵਾਸਤੇ। ਸਾਡੀ ਪ੍ਰਾਇਓਰਟੀ ਹੈ ਵੀ ਪਹਿਲਾਂ ਜਿਹੜੇ ਪਿੰਡ ਦੇ ਵਿੱਚ ਜਾਣਾ, ਪਹਿਲਾਂ ਗੰਦੇ ਪਾਣੀ ਦਾ ਜਿਹੜਾ ਨਿਕਾਸ ਹੈ ਉਹਦੀ ਡਿਸਪੋਜ਼ਲ ਦੇਖਣੀ ਹੈ ਕਿੱਥੇ, ਤਾਂ ਅਸੀਂ ਜਿਹੜਾ ਪਾਣੀ ਹੈ ਸਾਰੇ ਪਿੰਡ ਦਾ ਉਹਦਾ ਟ੍ਰੀਟਮੈਂਟ ਪਲਾਂਟ ਲਾ ਕੇ ਸਾਫ਼ ਕਰਕੇ ਪਾਣੀ ਉਹਨੂੰ ਅਸੀਂ ਡਰੇਨ 'ਚ ਪਾ ਸਕੀਏ। ਜਦੋਂ ਕਿਸੇ ਵੀ ਪਿੰਡ ਦਾ ਡਿਸਪੋਜ਼ਲ ਠੀਕ ਹੋ ਜਾਵੇ, ਗੰਦੇ ਪਾਣੀ ਦੀ ਨਿਕਾਸੀ ਹੋ ਜਾਵੇ, ਤਾਂ ਲਗਭਗ ਜਿਹੜੇ ਗਲੀਆਂ ਨਾਲੇ ਤਾਂ ਬਹੁਤ ਘੱਟ ਬਣਨ ਵਾਲੀਆਂ ਨੇ। ਉਦੋਂ ਦੂਜੀ ਪ੍ਰਾਇਓਰਟੀ ਹੈ ਕੋਈ ਸਕੂਲ ਦਾ ਥੋੜ੍ਹਾ ਬੜਾ ਕੰਮ ਹੋਣ ਵਾਲਾ ਹੈ, ਕੋਈ ਥਾਈ ਹੈ, ਸੀਵੇੜੇ ਦੀ ਥਾਈ ਹੈ, ਕੋਈ ਜਨਰਲ ਥਾਈ ਹੈ, ਛੋਟੇ ਮੋਟੇ ਕੰਮ ਜਿੰਨੇ ਵੀ ਹੁੰਦੇ ਨੇ ਉਹ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਟੀਮ ਸਾਰੀ ਨਾਲ ਹੈ, BDO ਸਾਹਿਬ ਨਾਲ ਨੇ ਜੀ ਵਗੈਰਾ, ਸੈਕਟਰੀ ਸਾਰੇ ਨਾਲ ਨੇ, ਪਿੰਡ ਦੇ ਲੋਕ ਨਾਲ ਹੁੰਦੇ ਨੇ, ਜਿਵੇਂ ਜਿਵੇਂ ਪਿੰਡ ਦੀ ਡਿਮਾਂਡ ਹੈ ਉਸ ਤਰੀਕੇ ਨਾਲ ਉਹਦਾ ਪੈਸਾ ਜਿਹੜਾ। ਲਗਭਗ 5ਵਾਂ ਪਿੰਡ ਹੈ ਅੱਜ ਦਾ ਮੇਰਾ ਹਲੇ 8 ਕੱਲ ਕਰੇ ਤੇ ਹਲਕਾ ਦਿਲਵਾ ਸਾਰੇ ਹੋ ਗਏ ਤੇ ਲਗਭਗ ਸਾਰਾ ਹੋ ਗਿਆ। ਕੁਝ ਪਿੰਡਾਂ ਦੇ ਵੀ ਸਾਰੇ ਇਲਜ਼ਾਮ ਵੀ ਲੱਗ ਰਹੇ ਨੇ ਕਿ ਜਿਹੜਾ ਹੈਗਾ ਵੀ ਗ੍ਰਾਂਟਾਂ ਨੇ ਜਿਹੜੀਆਂ ਆਪਦੇ ਧੜੇ ਬੰਦੇ ਨੂੰ ਪਾਈਆਂ ਜਾਂਦੀਆਂ। ਨਹੀਂ, ਦੇਖੋ, ਧੜਾ ਉਹ ਹੁੰਦਾ ਹੈ ਜਿੱਥੇ ਕੋਈ ਕੰਮ ਛੱਡਿਆ ਜਾਂਦਾ ਹੋਵੇ। ਮੇਨ ਸਮੱਸਿਆ ਪਾਣੀ ਹੈ, ਉਹ ਪਾਣੀ ਸਾਰੇ ਪਿੰਡ ਦਾ ਸਾਫ਼ ਹੋ ਕੇ ਜਾਣਾ, ਉੱਥੇ ਧੜਾ ਕਿੱਥੇ ਰਹਿ ਗਿਆ। ਦੂਜੀ ਗੱਲ, ਜਦੋਂ ਪਿੰਡ ਦਾ ਕੰਮ ਕੋਈ ਛੱਡਣਾ ਨਹੀਂ ਉੱਥੇ ਧੜੇ ਵਾਲੇ, ਤਾਂ ਕੋਈ ਗੱਲ ਹੀ ਨਹੀਂ ਹੁੰਦੀ ਕੋਈ। ਜਦੋਂ ਇੱਕ ਤਾਂ ਇਹ ਹੁੰਦਾ ਨਾ ਵੀ ਆਹ ਗਲੀ ਛੱਡ ਦੀ ਦੂਜੀ ਬਣਾਤੀ, ਇਹ ਮੇਮ ਨਹੀਂ ਸਾਡਾ। ਸਾਡਾ ਇਹ ਹੈ ਵੀ ਪਿੰਡ ਦੇ ਵਿੱਚ ਫਿਰ ਕੇ ਜਿਹੜਾ ਵੀ ਕੰਮ ਹੋਣ ਵਾਲਾ ਹੈ ਤਮਾਮ ਕੰਮ ਵਾਸਤੇ ਪੈਸਾ ਲਾਉਣਾ। ਜਨਾਲ ਦੇ ਵਿੱਚ ਜਿਹੜੀ ਹੈਗੀ ਨਾਅਰੇਬਾਜ਼ੀ ਕੀਤੀ ਗਈ, ਉਹ ਕਹਿੰਦੇ ਵੀ ਸੁਰਜੀਤ ਸਿੰਘ ਧਮਾਨ ਜਿਹੜੇ ਆਪਦਾ ਹਲਕਾ ਛੱਡ ਕੇ ਦਿਲਬੇ ਹਲਕੇ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਗੁੱਟਬੰਦੀ ਪੈਦਾ ਕਰ ਰਹੇ ਨੇ, ਖਰਾਬ ਕਰ। ਪਹਿਲਾਂ ਹਲਕਾ ਦਿੜਬਾ ਮੇਰਾ, ਬਾਅਦ 'ਚ ਹਲਕਾ ਉਹ ਹੈ। ਧਮਾਨ ਦਾ ਹਲਕਾ ਸਦਾ ਹੀ ਦਿੜਬਾ ਰਹਿਣਾ, ਦਿੜਬਾ ਧਮਾਨ ਤੋਂ ਕਦੇ ਨਹੀਂ ਜਾਂਦਾ, ਕਿਉਂਕਿ ਇਹ ਸਾਡਾ ਲਗਾ ਲੋਕਾਂ ਨਾਲ ਹੈ। ਦੇਖੋ, ਕਿਸੇ ਨੇ ਕਿਹਾ ਨਹੀਂ ਆਉਣਾ, ਆਉਣ ਨੂੰ ਸਾਨੂੰ ਤਾਂ ਅਗਲਾ ਬੰਦਾ ਵੀ ਜੀ ਆਇਆ ਨੂੰ, ਸਾਨੂੰ ਕਿ ਸਾਡਾ ਕੋਈ ਪ੍ਰੋਬਲਮ ਥੋੜ੍ਹਾ ਹੈ। ਹੁਣ ਸਰਪੰਚ ਸਾਹਿਬ ਨੇ ਸਾਰਾ ਪਿੰਡ ਖੜਾ ਹੈ, ਜਿਹੜਾ ਮਰਜ਼ੀ ਖੜਾ, ਸਾਨੂੰ ਕੀ, ਅਸੀਂ ਤਾਂ ਦੇਖੋ ਨਿਰਪੱਖ ਤੌਰ 'ਤੇ ਕੰਮ ਕਰਨਾ। ਧਮਾਨ ਸਾਹਿਬ ਨੇ ਤੁਹਾਨੂੰ ਸਾਰਾ ਪਹਿਲਾਂ ਦੱਸ ਹੀ ਦਿੱਤਾ
ਵੀ ਅਸੀਂ ਧੰਨਵਾਦੀ ਹਾਂ ਮਨਪ੍ਰੀਤ ਬਾਦਲ ਜੀ ਦੇ, ਕੈਪਟਨ ਰਵਿੰਦਰ ਸਿੰਘ ਜੀ ਦੇ, ਜਿਨ੍ਹਾਂ ਨੇ ਸਾਨੂੰ 25 ਕਰੋੜ ਰੁਪਇਆ ਦੇ ਕੇ ਹਲਕਿਆਂ ਵਾਸਤੇ ਨਵਾਜਿਆ। ਹਲਕਾ ਦਿੜਵੇ ਨੂੰ ਵੀ ਇਸ ਤਰ੍ਹਾਂ ਦਿੱਤਾ, ਉਹਦੇ ਵਿੱਚੋਂ 1 ਕਰੋੜ ਰੁਪਇਆ ਦਿੜਵੇ ਵਾਸਤੇ, 24 ਕਰੋੜ ਰੁਪਇਆ ਪਿੰਡਾਂ ਵਾਸਤੇ। ਅਸੀਂ ਪਿੰਡਾਂ 'ਚ ਗਏ ਹਾਂ, ਸਭ ਤੋਂ ਪਹਿਲਾਂ ਪਾਣੀ ਦੇ ਨਿਕਾਸ ਦੀ ਗੱਲ ਕੀਤੀ ਹੈ। ਪਾਣੀ ਦਾ ਨਿਕਾਸ ਜਿੱਥੇ ਕਿਤੇ ਮਤਲਬ ਉਸਨੂੰ ਟ੍ਰੀਟਮੈਂਟ ਲਾ ਕੇ ਸਾਫ਼ ਕਰਕੇ ਡਰੇਨਾਂ 'ਚ ਜਾਂ ਨਾਲਿਆਂ 'ਚ ਪਾਉਣ ਦੀ ਗੱਲ ਕੀਤੀ ਹੈ। ਕਾਂਗਰਸ ਦੇ ਵਿੱਚ ਕਮਾਨ ਨੂੰ ਲੈ ਕੇ ਕੀਤੀ ਜਾ ਰਹੀ ਗੁੱਟਬੰਦੀ ਕਾਰਨ ਦਿੜਪਾ ਹਲਕਾ ਰਾਜਨੀਤੀ ਦੀ ਪੇਨ ਚੜ੍ਹਦਾ ਜਾ ਰਿਹਾ, ਜਿਸ ਦਾ ਅਸਰ ਵਿਧਾਨ ਸਭਾ ਚੋਣਾਂ ਵਿੱਚ ਵੇਖਣ ਨੂੰ ਮਿਲੇਗਾ। ਦਿੜਪਾ ਤੋਂ ਵਿਨੋਦ ਗੋਇਲ ਦੀ ਰਿਪੋਰਟ। All World Open Challenge 17-time Gold Medalist Mia Rafiq Mohammed, Pandit Maulvi Begum Tantrik, Inna Chora Thagga To Saavdan, Specialist Vashikaran Sitta Number Love Marriage, Pati Patni Ch Anban, Videsh Ch Pakka Hona, Karobar Da Na Chalana, Sirf 31 Ghantiyan Vich Samadhan, Free Mia Rafiq Mohammed, Mobile 84374 94647, 84374 94648।